ਯਾਰ ਨਾ ਸਾਡੇ ਰਿਸ਼ਤੇਦਾਰਾਂ ਨੇ ਬੜਾ ਤੰਗ ਕੀਤਾ ਪਿਆ। ਨਿੱਕੇ ਹੁੰਦੇ ਨੂੰ ਕਹਿੰਦੇ ਹੁੰਦੇ ਸੀ ਕਿ ਸਾਡੇ ਜਵਾਕਾਂ ਦੇ ਇੰਨੇ ਨੰਬਰ ਆਏ ਤੇ ਮੈਂ 10ਵੀਂ ਤੱਕ ਉਹਨੇ ਜਵਾਕਾਂ ਨੂੰ ਕੰਪੀਟ ਕਰਦਾ ਰਿਹਾ, ਨੰਬਰ ਮੇਰੇ ਤੋਂ ਫਿਰ ਨਹੀਂ ਉਹਨਾਂ ਤੋਂ ਵੱਧ ਲਏ ਗਏ। 11ਵੀਂ 12ਵੀਂ 'ਚ ਹੋਇਆ ਤੇ ਅੱਗੇ ਕਹਿੰਦਾ ਪੇ ਜਦੋਂ ਮਿਲਣਾ ਆਇਆ ਕਰ ਕਿਆ ਕਰਨ ਜੀ, ਸਾਡੇ ਜਵਾਕਾਂ ਨੇ ਨੋਨ ਮੈਡੀਕਲ ਰੱਖ ਲਈ ਪਲੱਸ ਬਾਇਓ ਰੱਖ ਲਈ, ਘਰਦਿਆਂ ਨੇ ਮੇਰਾ ਵੀ ਪੰਗਾ ਨੋਨ ਮੈਡੀਕਲ ਦਾ ਦਵਾਤਾ, ਮੇਰੇ ਤਾਂ ਪਲੰਜਰ ਫਸ ਗਏ। ਮਤਲਬ ਬਾਬੇ ਸੁੱਖਾ ਸੁੱਖ ਸੁੱਖ ਕੇ ਮਸਾਂ ਹੀ ਪਾਸ ਹੋਇਆ 11ਵੀਂ 12ਵੀਂ 'ਚੋਂ। ਜੋ ਮੈਂ ਫਿਰ ਬਾਹਰ ਆ ਗਿਆ, ਹੁਣ ਬਾਹਰ ਆ ਕੇ ਕਹਿੰਦਾ ਵੀ ਤੁਹਾਡਾ ਮੁੰਡਾ ਫੋਨ ਲਾਉਣ ਹਟ ਕੇ ਸਾਨੂੰ ਭੁੱਲ ਗਿਆ। ਹੁਣ ਮੈਂ ਟਰੱਕ ਚਲਾਉਣ ਲੱਗ ਪਿਆ, ਮੈਂ ਫੋਨ ਲਾਉਣ ਲੱਗ ਪਿਆ, ਕਹਿੰਦੀ ਤੁਹਾਡੇ ਵਾਲਾ ਤਾਂ ਵਿਹਲਾ ਹੀ ਹੁੰਦਾ, ਕੁਛ ਕਰਦਾ ਹੀ ਨਹੀਂ। ਕਦੇ ਫੋਟੋ ਵੇਖ ਕੇ ਕਹਿੰਦੇ ਰੰਗ ਇਹਦਾ ਸਾਫ ਹੋ ਗਿਆ, ਕਦੇ ਕਹਿੰਦੇ ਰੰਗ ਇਹਦਾ ਪੱਕਾ ਹੋ ਗਿਆ, ਕਦੇ ਮੋਟਾ ਹੋਇਆ, ਕਦੇ ਪਤਲਾ ਹੋ ਗਿਆ। ਕੋਈ ਯਾਰ ਇਹੋ ਜਿਹਾ ਸੋਫਟਵੇਅਰ ਦੱਸੋ, ਇਹਨੇ ਸਾਰਿਆਂ ਦਿਮਾਗ ਕੱਢ ਕੇ ਮੈਂ ਨਾ ਦਿਮਾਗ 'ਚ ਉਹਦਾ ਨਾ ਹੀ ਡਿਲੀਟ ਮਾਰਦਾ ਕਿ ਮੈਨੂੰ ਭੁੱਲ ਹੀ ਜਾਣ। ਕਾਹਤੋਂ ਇੰਨਾ ਤੰਗ ਕਰਦੇ, ਤੁਹਾਡੇ ਵਾਲੇ ਵੀ ਯਾਰ ਇੰਨਾ ਹੀ ਤੰਗ ਕਰਦੇ, ਕੀ ਚੱਕਰ ਕੀ ਆ, ਇੰਨਾ ਤੰਗ ਕਾਹਤੋਂ ਕਰਦੇ ਯਾਰ ਫੋਨ 'ਤੇ। ਹਲੋ, ਫੁੱਫੜ ਨੂੰ ਯਾਦ ਕੀਤਾ, ਰਿਸ਼ਤੇਦਾਰ ਨੂੰ ਯਾਦ ਕੀਤਾ, ਰਿਸ਼ਤੇਦਾਰ ਹਾਜ਼ਰ, ਵੇਖਦੇ ਹਾਂ ਕੀ ਆਉਂਦਾ। ਇੱਕ ਮਿੰਟ ਰੁਕੋ। ਹਾਂਜੀ ਫੁੱਫੜ ਜੀ, ਸਤਿ ਸ਼੍ਰੀ ਅਕਾਲ। ਕਿਉਂ ਜੀ, ਕੰਮ ਹੀ ਕਰਦੇ ਆ, ਹੋਰ ਮਿਹਨਤ ਮਿਹਨਤ ਹੀ ਕਰਦੇ ਫੁੱਫੜ ਜੀ, ਹੋਰ ਮਿਹਨਤ ਥੋੜ੍ਹਾ ਕਰਦੇ ਆ ਤੁਸੀਂ, ਇੰਨਾ ਨਾ ਮੇਰੇ ਸਟੇਟਸਾਂ ਦੇ ਅੱਖ ਰੱਖਿਆ ਕਰੋ। ਫੁੱਫੜ ਜੀ, ਵੈਸੇ ਜਿਹੜੇ ਹਿਸਾਬ ਨਾਲ ਤੁਹਾਡੇ ਵਿਚਾਰ ਆ ਨਾ, ਗੱਲ ਇੱਕ ਦੱਸਾਂ ਤੁਹਾਨੂੰ, ਗੱਲ ਇਹ ਆ ਵੀ ਜੀ ਤੁਹਾਡੇ ਤਾਂ ਲੱਛਣ ਮਾੜੇ ਸੀ, ਸਾਡੀ ਭੂਆ ਹੀ ਚੰਗੀ ਜਿਹੜੀ ਤੁਹਾਡੇ ਵੱਸ ਗਈ, ਨਹੀਂ ਤੁਹਾਡੇ ਵੱਸ ਨਾਲ ਲੱਛਣਾ ਸੀ, ਤੁਸੀਂ ਛੜੇ ਹੀ ਮਰਨਾ ਸੀ ਜੀ। ਫੁੱਫੜ ਜੀ, ਨਾ ਇੰਨੀ ਅੱਖ ਰੱਖਿਆ ਕਰੋ, ਕੱਟ ਗਿਆ ਫੁੱਫੜ।